ਬੇਹੱਦ ਖਾਸ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਐਕਸਕਲੂਸਿਵ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਸੀਐਮ ਮਾਨ ਜੋ ਕਿ ਆਪਣੇ ਕਾਫਲੇ ਦੇ ਨਾਲ ਜਾ ਰਹੇ ਹੁੰਦੇ ਨੇ ਲੁਧਿਆਣਾ ਦੇ ਕੋਲ ਦੀ ਵੀਡੀਓ ਹੈ, ਤਾਂ ਉੱਥੇ ਜਦੋਂ ਇੱਕ ਦਮ 'ਤੇ ਉਹ ਸੁਰਿੰਦਰ ਅਕਬਾ ਨੂੰ ਦੇਖਦੇ ਨੇ ਜੋ ਕਿ ਕੁਲਦੀਪ ਮਾਣਕ ਦੇ ਸਾਥੀ ਨੇ, ਪੁਰਾਣੇ ਸਾਥੀਆਂ ਦੇ ਵਿੱਚੋਂ ਖਾਸ ਸਾਥੀ ਨੇ, ਤਾਂ ਮਾਨ ਸਾਹਿਬ ਆਪਣੀ ਗੱਡੀ ਰੋਕ ਲੈਂਦੇ ਨੇ ਅਤੇ ਬੜੇ ਪਿਆਰ ਦੇ ਨਾਲ ਤਾਕੀ ਖੋਲ੍ਹ ਕੇ ਅਤੇ ਉਸ ਤੋਂ ਬਾਅਦ ਗੱਲਬਾਤ ਕਰਦੇ ਨੇ, ਤਾਂ ਅੱਗੋਂ ਸੁਰਿੰਦਰ ਅਕਬਾ ਦਾ ਵੀ ਚਾਅ ਨਹੀਂ ਚੱਕਿਆ ਜਾਂਦਾ, ਜਿਨ੍ਹਾਂ ਨੂੰ ਕਿ ਭਲਵਾਨ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਮਾਣਕ ਸਾਹਿਬ ਦੇ ਕਰੀਬੀ ਸਾਥੀਆਂ ਦੇ ਵਿੱਚੋਂ ਨੇ, ਤਾਂ ਇੱਥੋਂ ਪਤਾ ਲੱਗਦਾ ਕਿ ਮਾਨ ਸਾਹਿਬ ਅੱਜ ਵੀ ਜਿਹੜੇ ਪੁਰਾਣੇ ਸਾਥੀ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਕੰਮ ਕਰਿਆ ਉਹਨਾਂ ਨੂੰ ਬਿਲਕੁਲ ਵੀ ਵਿਸਾਰਦੇ ਨਹੀਂ, ਤਾਂ ਤੁਸੀਂ ਦੇਖ ਸਕਦੇ ਹੋ ਖਾਸ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ, ਐਕਸਕਲੂਸਿਵ ਵੀਡੀਓ ਓਨਲੀ ਔਨ ਡੇਲੀ ਪੋਸਟ ਪੰਜਾਬੀ 'ਤੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਸੀਐਮ ਭਗਵੰਤ ਮਾਨ ਦਾ ਕਾਫਲਾ ਗੁਜ਼ਰ ਰਿਹਾ ਹੁੰਦਾ ਹੈ, ਅਤੇ ਜਿਉਂ ਹੀ ਸੀਐਮ ਭਗਵੰਤ ਮਾਨ ਨੂੰ ਇੱਕ ਵਿਅਕਤੀ ਜੋ ਕਿ ਸੁਰਿੰਦਰ ਅਕਬਾ ਜੀ ਨੇ, ਭਲਵਾਨ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ, ਲੰਮਾ ਸਮਾਂ ਉਹਨਾਂ ਨੇ ਕੁਲਦੀਪ ਮਾਣਕ ਜੀ ਦੇ ਨਾਲ ਕੰਮ ਕਰਿਆ, ਜਿਉਂ ਹੀ ਉਹ ਨਜ਼ਰ ਪੈਂਦੇ ਨੇ ਭਗਵੰਤ ਮਾਨ ਸਾਹਿਬ ਦੀ, ਤਾਂ ਭਗਵੰਤ ਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਭਗਵੰਤ ਮਾਨ ਬਿਲਕੁਲ ਉਹਨਾਂ ਦੀ ਗੱਲ ਮੰਨਦੇ ਹੋਏ ਗੱਡੀ ਰੋਕ ਲੈਂਦੇ ਨੇ ਅਤੇ ਗੱਡੀ ਦੀ ਟਾਕੀ ਖੋਲ੍ਹਦੇ ਨੇ, ਅਤੇ ਉਸ ਤੋਂ ਬਾਅਦ ਬੜੇ ਪਿਆਰ ਸਤਿਕਾਰ ਦੇ ਨਾਲ ਮਿਲਦੇ ਨੇ, ਤਾਂ ਬੇਹੱਦ ਖਾਸ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ।